ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਰਿਲੀਜੀਅਸ ਸੈਗਮੈਂਟ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਅੱਜ ਦੇ ਇਸ ਸੈਗਮੈਂਟ ਵਿੱਚ ਮੇਰਾ ਸਾਥ ਦੇਣਗੇ ਇਮਾਮ ਤਾਰਿਕ ਅਜ਼ੀਮ, ਜਿਹੜੇ ਸਾਡੇ ਮਹਿਮਾਨ ਨੇ, ਅਹਿਮਦੀਆ ਜਮਾਤ ਨੂੰ ਇਹ ਬਿਲੋਂਗ ਕਰਦੇ ਨੇ। ਅਤੇ ਆਓ ਇਹਨਾਂ ਕੋਲੋਂ ਜਾਣਕਾਰੀ ਲੈਂਦੇ ਹਾਂ ਕਿ ਪ੍ਰੋਫਿਟ ਮੁਹੰਮਦ ਸਾਹਿਬ ਦੇ ਜੀਵਨ ਵਿੱਚੋਂ ਕੀ ਕੁਛ ਸਿੱਖਿਆ ਜਾ ਸਕਦਾ ਹੈ, ਕਿਉਂਕਿ ਜਿੱਥੇ ਅਸੀਂ ਨਮਸਤਕ ਹੁੰਦੇ ਹਾਂ ਆਪਣੇ ਬਜ਼ੁਰਗਾਂ ਦੇ, ਆਪਣੇ ਪੀਰਾਂ ਪੈਗੰਬਰਾਂ ਦੇ, ਪਰ ਉਹਨਾਂ ਦੀ ਜ਼ਿੰਦਗੀ ਵਿੱਚੋਂ ਕਿਹੜੀਆਂ ਉਹ ਚੀਜ਼ਾਂ ਨੇ ਜਿਸ ਤੋਂ ਕਿ ਅਸੀਂ ਵੀ ਜਾਣੂ ਹੋ ਕੇ ਆਪਣੇ ਜੀਵਨ ਵਿੱਚ ਅਡੋਪਟ ਕਰ ਸਕਦੇ ਹਾਂ। ਆਓ ਇਸ ਸੰਬੰਧ ਵਿੱਚ ਜਾਣਕਾਰੀ ਲੈਂਦੇ ਹਾਂ ਇਮਾਮ ਤਾਰਿਕ ਅਜ਼ੀਮ ਸਾਹਿਬ ਤੋਂ। ਜੀ ਹਾਂ ਜੀ, ਵੈਲਕਮ ਟੂ ਪ੍ਰੋਗਰਾਮ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਸੋ ਪ੍ਰੋਫਿਟ ਮੁਹੰਮਦ ਸਾਹਿਬ ਦੇ ਸੰਬੰਧ ਵਿੱਚ ਸਾਨੂੰ ਦੱਸੋ ਕਿ ਉਹਨਾਂ ਦਾ ਜੋ ਜੀਵਨ ਸੀ, ਉਹਨਾਂ ਨੇ ਹਮੇਸ਼ਾ ਕੋਈ ਵੀ ਪੈਗੰਬਰ ਹੋਏ ਉਸਦਾ ਇੱਕ ਮੈਸੇਜ ਹੁੰਦਾ ਇਨਸਾਨੀਅਤ ਨੂੰ ਕਿ ਚੰਗੇ ਇਨਸਾਨ ਬਣੋ। ਓਵਰ ਈਅਰਸ ਅਸੀਂ ਉਹਨਾਂ ਨੂੰ ਰਿਸਪੈਕਟ ਤਾਂ ਦਿੰਦੇ ਹਾਂ, ਪਰ ਉਹ ਜਿਹੜੇ ਉਹਨਾਂ ਦੀ ਵੈਲਿਊਜ਼ ਹੁੰਦੀਆਂ ਨੇ, ਕਈ ਵਾਰੀ ਅਸੀਂ ਉਹਨਾਂ ਨੂੰ ਇਨਕਾਰਪੋਰੇਟ ਆਪਣੇ ਜੀਵਨ ਵਿੱਚ ਨਹੀਂ ਕਰ ਸਕਦੇ ਹੈਗੇ। ਸੋ ਲੈਟਸ ਗੋ ਔਨ ਦਿਸ ਜਰਨੀ ਟੂਡੇ ਐਂਡ ਲੈਟ ਅਸ ਨੋ ਕਿ ਪ੍ਰੋਫਿਟ ਮੁਹੰਮਦ ਸਾਹਿਬ ਦੀ ਜਦੋਂ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹਨਾਂ ਦੇ ਜੀਵਨ 'ਚੋਂ ਕੀ ਕੁਛ ਸਿੱਖਿਆ ਜਾ ਸਕਦਾ ਹੈ, ਕਿਹੜੀਆਂ ਵਿਸ਼ੇਸ਼ਤਾਵਾਂ ਸੀ ਉਹਨਾਂ ਦੀਆਂ ਜਿਹੜੀਆਂ ਕਿ ਅੱਜ ਬਹੁਤ ਜ਼ਰੂਰਤ ਹੈ ਕਿ ਉਹਨਾਂ ਨੂੰ ਫੋਲੋ ਕਰਨ ਦੀ। ਬਿਲਕੁਲ, ਬੜਾ ਅਹਿਮ ਟੋਪਿਕ ਜੇ ਇਸਲਾਮ ਦੀ ਅੰਡਰਸਟੈਂਡਿੰਗ ਦੇ ਵਿੱਚ ਸਾਡੇ ਅਕੀਦਾ, ਸਾਡਾ ਮਜ਼ਹਬ ਹੈ ਦੱਸਦਾ ਜੇ ਕਿ ਜਿਹੜੇ ਵੀ ਪ੍ਰੋਫਿਟਸ ਗੁਜ਼ਰੇ ਨੇ ਜੀ, ਪ੍ਰੋਫਿਟ ਮੁਹੰਮਦ ਹੋਣ ਅਤੇ ਜਾਂ ਉਸ ਤੋਂ ਪਹਿਲਾਂ ਜਾਂ ਬਾਅਦ ਜਿੰਨੇ ਵੀ ਨੇਕ ਬਜ਼ੁਰਗ ਆਏ ਨੇ, ਉਹਨਾਂ ਦੀਆਂ ਟੀਚਿੰਗਸ, ਉਹਨਾਂ ਦੀਆਂ ਲਾਈਫ ਸਟਾਈਲ, ਉਹਨਾਂ ਦੀਆਂ ਜਿਹੜਾ ਉਹਨਾਂ ਦਾ ਜ਼ਿੰਦਗੀ ਜਾਂ ਜੀਵਨ ਹੈ, ਉਹ ਸਾਡੇ ਲਈ ਇਗਜ਼ੈਂਪਲ ਹੈ। ਉਹਨਾਂ ਨੂੰ ਸਾਨੂੰ ਫੋਲੋ ਕਰਨਾ ਚਾਹੀਦਾ। ਅਤੇ ਜਿੱਥੇ ਤੀਕਰ ਪ੍ਰੋਫਿਟ ਮੁਹੰਮਦ ਪੀਸ ਬੀ ਅਪੋਨ ਹਿਮ ਦਾ ਤਾਲੁਕ ਹੈ, ਸਾਡਾ ਮਜ਼ਹਬ ਹੋਲੀ ਕੁਰਾਨ ਸਾਨੂੰ ਸਾਡੀ ਕਿਤਾਬ ਦੱਸਦੀ ਹੈ, ਅੱਲਾਹ ਤਾਲਾ ਫਰਮਾਉਂਦਾ ਹੈ, ਖੁਦਾ ਤਾਲਾ ਫਰਮਾਉਂਦਾ ਹੈ, ਲਕਦ ਕਾਨਾ ਲਕੁਮ ਫੀ ਰਸੂਲ ਅੱਲਾਹ ਉਸਵਤੁਨ ਹਸਨਾ। ਇਹਦਾ ਮਤਲਬ ਹੈ ਕਿ ਜਿਹੜੀ ਰਸੂਲ ਦੀ ਜ਼ਿੰਦਗੀ ਹੈ, ਯਾਨੀ ਪ੍ਰੋਫਿਟ ਮੁਹੰਮਦ ਦੀ ਜ਼ਿੰਦਗੀ ਹੈ, ਅੱਲਾਹ ਤਾਲਾ ਫਰਮਾਉਂਦਾ ਹੈ ਕਿ ਉਹਦੇ ਵਿੱਚ ਤੁਹਾਡੇ ਲਈ ਇੱਕ ਨਮੂਨਾ ਹੈਗਾ, ਇੱਕ ਇਗਜ਼ੈਂਪਲ ਹੈਗੀ ਹੈ, ਉਹ ਤੁਸੀਂ ਕਾਪੀ ਕਰੋ, ਉਹਦੇ ਨਾਲ ਆਪਣੀ ਜ਼ਿੰਦਗੀ ਗੁਜ਼ਾਰਨ ਦੀ ਕੋਸ਼ਿਸ਼ ਕਰੋ। ਅਤੇ ਇਸ ਲਿਹਾਜ਼ ਨਾਲ ਸਾਡਾ ਅਕੀਦਾ, ਸਾਡਾ ਬਿਲੀਫ ਹੈ ਵੇ ਕਿ ਜਿਹੜੇ ਵੀ ਕੰਮ ਪ੍ਰੋਫਿਟ ਮੁਹੰਮਦ ਨੇ ਆਪਣੀ ਜ਼ਿੰਦਗੀ 'ਚ ਕੀਤੇ ਨੇ, ਉਹ ਸਾਰੇ ਦੇ ਸਾਰੇ ਸਾਡੇ ਲਈ ਇੱਕ ਇਗਜ਼ੈਂਪਲ ਨੇ ਉਹਨਾਂ ਹਾਲਾਤਾਂ ਦੇ ਵਿੱਚ ਜਿਹਨਾਂ ਦੇ ਵਿੱਚ ਉਹ ਗੁਜ਼ਰੇ। ਅਗਰ ਅਸੀਂ ਵੀ ਉਹੀ ਹਾਲਾਤ ਕਿਸੇ ਲਿਹਾਜ਼ ਨਾਲ ਫੇਸ ਕਰੀਏ ਤਾਂ ਸਾਨੂੰ ਉਸੇ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ। ਮਿਸਾਲ ਦੇ ਤੌਰ 'ਤੇ ਬਾਜ਼ ਛੋਟੀ ਛੋਟੀ ਗੱਲਾਂ ਆਉਂਦੀਆਂ ਨੇ, ਉੱਥੇ ਇਨਸਾਨ ਨੂੰ ਗੁੱਸਾ ਆ ਜਾਂਦਾ ਅਤੇ ਉਹ ਗੁੱਸਾ ਕਰਨ ਲਈ ਜਗ੍ਹਾ ਨਹੀਂ ਹੁੰਦੀ, ਮੁਨਾਸਿਬ ਨਹੀਂ ਹੁੰਦਾ ਕਿ ਗੁੱਸਾ ਕੀਤਾ ਜਾਏ ਉੱਥੇ, ਅਤੇ ਉਹ ਉਹਨਾਂ ਨਾਲ ਜਿੰਝ ਤਹਮੁਲ, ਜਿਸ ਪੀਸ ਅਤੇ ਕੰਫਰਟ ਨਾਲ ਉਹਨਾਂ ਨੇ ਉਸ ਸਿਚੁਏਸ਼ਨ 'ਚ ਲੰਘੇ ਨੇ, ਉਹ ਸਾਡੇ ਲਈ ਇਗਜ਼ੈਂਪਲ ਹੈ। ਅਤੇ ਬਾਜ਼ ਜਗ੍ਹਾ ਹੁੰਦੀਆਂ ਨੇ ਉੱਥੇ ਸਾਨੂੰ ਗੁੱਸਾ ਕਰਨਾ ਹੁੰਦਾ ਹੈ ਤਾਂ ਕਿ ਅਗਲੇ ਨੂੰ ਇੱਕ ਲੈਸਨ ਮਿਲੇ, ਚਾਹੇ ਬੱਚੇ ਹੋਣ ਜਾਂ ਕੋਈ ਦੂਜਾ। ਅਤੇ ਉਹਦੇ ਵਿੱਚ ਵੀ ਜਿਹੜੀ ਲਿਮਿਟਸ ਨੇ ਉਹਨਾਂ ਦੇ ਵਿੱਚ ਰਹਿੰਦੇ ਹੋਏ, ਉਹ ਐਂਗਰ ਜਿਹੜਾ ਇਜ਼ਹਾਰ ਕਰਨਾ, ਉਹ ਵੀ ਇੱਕ ਇਗਜ਼ੈਂਪਲ ਹੈ ਸਾਡੇ ਲਈ ਪ੍ਰੋਫਿਟ ਮੁਹੰਮਦ ਦੇ ਲਾਈਫ ਦੇ ਵਿੱਚ। ਅਤੇ ਇਹਦੇ 'ਚ ਬਹੁਤ ਜ਼ਿਆਦਾ ਇਗਜ਼ੈਂਪਲਸ ਨੇ, ਇੱਕ ਅਸੀਂ ਵੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਉਹ ਇਨਸਾਨੀਅਤ, ਹਿਊਮੈਨਿਟੀ ਦੀ ਖਿਦਮਤ ਕਰਦੇ ਸਨ। ਅਤੇ ਇਹ ਸਭ ਲਈ ਨਮੂਨਾ ਹੈ ਕਿ ਕਿਸ ਤਰ੍ਹਾਂ ਜਿੱਥੋਂ ਕੋਈ ਲੱਭ ਜਾਂਦਾ ਸੀ ਕਿ ਕੋਈ ਗਰੀਬ ਬੰਦਾ ਕੁਝ ਵੀ ਪੁੱਛਦਾ ਸੀ, ਉਹਨੂੰ ਖਾਲੀ ਹੱਥ ਨਹੀਂ ਜਾਣ ਦਿੰਦੇ ਸੀ। ਫਿਰ ਲੰਘਦੇ ਜਾਂਦੇ ਨੇ ਰਾਹ 'ਚ, ਕਿੱਥੇ ਬੱਚੇ ਖੇਡ ਰਹੇ ਨੇ, ਕੁਛ ਕਰ ਰਹੇ ਨੇ, ਉਹਨਾਂ ਦੇ ਨਾਲ ਪਿਆਰ ਦੇ ਨਾਲ ਗੱਲ ਕਰਨਾ, ਉਹਨਾਂ ਨੂੰ ਕੋਈ ਤੋਹਫ਼ਾ ਵਗੈਰਾ ਦੇ ਦੇਣਾ, ਇਹ ਵੀ ਨਮੂਨਾ ਹੈ, ਇਗਜ਼ੈਂਪਲ ਹੈ ਸਾਡੇ ਬਜਾਏ ਇਹਦੇ ਕਿ ਅਸੀਂ ਆਪਣੇ ਧਿਆਨ ਬਸ ਲੰਘਦੇ ਜਾਈਏ। ਜਿੱਥੇ ਕੋਈ ਬੱਚੇ ਆਉਣ ਜਾਂ ਸਾਡੇ ਘਰ ਕੋਈ ਆਵੇ, ਉਹਨਾਂ ਬੱਚੇ ਹੋਣ ਤਾਂ ਬੱਚਿਆਂ ਨੂੰ ਪਿਆਰ ਦੇ ਕੇ ਇਜ਼ਹਾਰ ਕਰਨਾ ਚਾਹੀਦਾ। ਅਤੇ ਇਹਦੀ ਵੀ ਇਗਜ਼ੈਂਪਲ ਮਿਲਦੀ ਹੈ। ਫਿਰ ਇੱਕ ਹੋਰ ਹੈਗੀ ਹੈ ਕਿ ਕਾਇੰਡ ਸਪੀਚ, ਬੜੇ ਪਿਆਰ ਅਤੇ ਤਹਮੁਲ ਨਾਲ ਗੱਲ ਕਰਨਾ, ਬਜਾਏ ਇਹਦੇ ਕਿ ਮਤਲਬ ਅਸੀਂ ਇਗਜ਼ੈਂਪਲ ਛੋਟੀ ਜਿਹੀ ਦੇਣਾ, ਬਾਜ਼ ਕਦ ਸਾਡੇ ਘਰ ਕੋਈ ਨੌਕ ਕਰਦਾ ਹੈ, ਕੋਈ ਸੇਲਸ ਪਰਸਨ ਨੌਕ ਕਰਦਾ ਹੈ, ਅਤੇ ਅਸੀਂ ਨਹੀਂ ਲੈਣਾ ਚਾਹੁੰਦੇ, ਉਹ ਸਾਡੇ ਕੰਮ ਦੀ ਸ਼ਾਇਦ ਨਹੀਂ ਜਿਹੜੀ ਵੇਚ ਰਿਹਾ। ਅਤੇ ਬਾਜ਼ ਲੋਕਾਂ ਦੀ ਆਦਤ ਹੈ ਕਿ ਉਹਨਾਂ ਨੂੰ ਚਿੜਕ ਕੇ ਭੇਜ ਦਿੰਦੇ ਨੇ, ਅਤੇ ਦੂਜੇ ਉਹੀ ਗੱਲ ਜਿਹੜੇ ਨੇ ਬੜੇ ਪਿਆਰ ਨਾਲ ਕਹਿ ਦਿੰਦੇ ਕਿ ਨਹੀਂ ਥੈਂਕ ਯੂ ਜੀ, ਸਾਨੂੰ ਇਹਦੀ ਲੋੜ ਨਹੀਂ ਹੈਗੀ। ਅਤੇ ਉਹ ਇੱਕ ਕਾਇੰਡ ਸਪੀਚ ਜਿਹੜੀ ਹੈ ਉਹ ਵੀ ਸਾਡੇ ਅਸੀਂ ਆਪਣੇ ਅੰਦਰ ਇਨਕੋਰਪੋਰੇਟ ਕਰਨੀ ਚਾਹੀਦੀ ਹੈ, ਇਗਜ਼ੈਂਪਲ ਮਿਲਦੀ ਹੈ। ਫਿਰ ਔਰਤਾਂ ਦੀ ਇੱਜ਼ਤ, ਹਾਲੇ ਵੀ ਅੱਜ ਵੀ ਅਸੀਂ ਵੇਖਦੇ ਹਾਂ ਕਿ ਬੜਾ ਮੇਜਰ ਇਸ਼ੂ ਹੈ ਔਰਤਾਂ ਦੀ ਹਰਾਸਮੈਂਟ, ਕਿਤਨੇ ਕਿੰਨੇ ਲੈਵਲਸ 'ਤੇ, ਈਵਨ ਬੜੇ ਪੋਲੀਟੀਸ਼ੀਅਨਸ ਦੇ ਵਿੱਚ ਵੀ ਬਾਸ ਪਤਾ ਲੱਗਦਾ ਹੈ, ਮੀਡੀਆ ਦੇ ਵਿੱਚ ਵੀ ਪਤਾ ਲੱਗਦਾ ਕਿ ਜਿਹੜੇ ਉੱਤੇ ਲੋਕ ਹੈਗੇ ਨੇ ਉਹ ਇਨਵੋਲਵ ਹੋ ਰਹੇ ਨੇ, ਅਤੇ ਲੋਅਰ ਲੈਵਲ 'ਤੇ ਯਾਨੀ ਪਬਲਿਕ ਦੇ ਲੈਵਲ 'ਤੇ, ਸਾਡੇ ਲੈਵਲ 'ਤੇ ਵੀ ਇਹ ਇਸ਼ੂਜ਼ ਆਉਂਦੇ ਰਹਿੰਦੇ ਨੇ। ਅਤੇ ਇਹ ਇੱਕ ਇੱਜ਼ਤ ਜਿਹੜੀ ਹੈ ਉਹ ਪ੍ਰੋਫਿਟ ਮੁਹੰਮਦ ਨੇ ਆਪਣੀ ਸੁਸਾਇਟੀ ਦੇ ਵਿੱਚ ਇਸਟੈਬਲਿਸ਼ ਕੀਤੀ, ਉਸ ਸੁਸਾਇਟੀ ਦੇ ਵਿੱਚ ਜਿੱਥੇ ਅੱਜ ਤੋਂ ਵੀ ਬੁਰੀ ਹਾਲਤ ਸੀ। ਅਤੇ ਮਤਲਬ ਇਹ ਅਸੀਂ ਜਦੋਂ ਵੇਖਦੇ ਹਾਂ ਇਹ ਸਾਰੀਆਂ ਸ਼ਹਿਰਾਂ ਦੇ ਵਿੱਚ ਉਹ ਕਿੰਝ ਉਹਨਾਂ ਨੇ ਇੱਜ਼ਤ ਇਸਟੈਬਲਿਸ਼ ਕੀਤੀ, ਕਿੰਝ ਪਿਆਰ ਅਤੇ ਤਹਮੁਲ ਨਾਲ ਔਰਤਾਂ ਦੀ ਗੱਲ ਸੁਣਦੇ ਅਤੇ ਉਹਨਾਂ ਨੂੰ ਦੱਸਦੇ ਸਨ, ਇਹ ਸਾਰੇ ਨਮੂਨੇ ਨੇ। ਫਿਰ ਇਹਦੇ ਇਲਾਵਾ ਕਿੰਝ ਉਹ ਇਮਾਨਦਾਰੀ ਦਾ ਸਬਕ ਲੋਕਾਂ ਨੂੰ ਦਿੱਤਾ, ਕਿੰਝ ਸੱਚਾਈ ਦਾ ਇੱਕ ਸਟੈਂਡਰਡ ਕਾਇਮ ਕੀਤਾ ਕਿ ਚਾਹੇ ਆਪਣੇ ਖਿਲਾਫ਼ ਅਗਰ ਗਵਾਹੀ ਜਾਂਦੀ ਹੈ, ਈਵਨ ਇਫ ਯੂ ਹੈਵ ਟੂ ਟੈਸਟੀਫਾਈ ਅਗੇਂਸਟ ਯੋਰਸੈਲਫ, ਫਿਰ ਵੀ ਸੱਚ ਬੋਲਣਾ ਹੈ, ਘਬਰਾਉਣਾ ਨਹੀਂ ਹੈਗਾ। ਅਤੇ ਇਹ ਜਿਹੜੀ ਨੇ ਚੈਰਿਟੀ, ਇਬਾਦਤ ਕਰਨ ਦੇ ਤਰੀਕੇ, ਇਹ ਸਾਰੇ ਅਸੀਂ ਉਹਨਾਂ ਤੋਂ ਸਿੱਖਣੇ ਹਾਂ, ਇਹ ਚੰਦ ਲੈਸਨਸ ਨੇ। ਰਾਈਟ,
ਸੋ ਅਜ਼ੀਮ ਸਾਹਿਬ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਇਹ ਯੂਨੀਵਰਸਲ ਟਰੂਥਸ ਹੈਗੇ ਨੇ ਜਿਹੜੇ ਕਿ ਹਰ ਧਰਮ ਦੇ ਵਿੱਚ ਇਹੀ ਸਿੱਖਿਆਵਾਂ ਦਿੱਤੀਆਂ ਜਾਂਦੀਆਂ ਨੇ। ਹੁਣ ਜਿੱਥੇ ਤੁਸੀਂ ਗੱਲ ਕੀਤੀ ਕਿ ਯੂਨੋ ਹੱਸ ਕੇ ਮੁਸਕਰਾ ਕੇ ਅੱਜ ਇਹ ਚੀਜ਼ਾਂ ਖਤਮ ਹੁੰਦੀਆਂ ਜਾ ਰਹੀਆਂ, ਖਾਸ ਤੌਰ 'ਤੇ ਅਸੀਂ ਉਹਨਾਂ ਲੋਕਾਂ ਦੀ ਗੱਲ ਕਰੀਏ ਜਿਹੜੇ ਕਿ ਧਰਮ ਦੇ ਨਾਲ ਧਰਮ ਦਾ ਪ੍ਰਚਾਰ ਕਰ ਰਹੇ ਨੇ, ਆਮ ਤੌਰ 'ਤੇ ਇਹ ਵੇਖਣ ਨੂੰ ਮਿਲਦਾ ਕਿ ਉਹਨਾਂ ਦਾ ਯੂਨੋ ਜਿਸ ਤਰ੍ਹਾਂ ਥੋੜ੍ਹਾ ਜਿਹਾ ਸੀਰੀਅਸਪਨ, ਥੋੜ੍ਹਾ ਜਿਹਾ ਵੱਖਰੇ ਕਿਸਮ ਦਾ ਇੱਕ ਉਹਨਾਂ ਦਾ ਮਿਜਾਜ਼ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ। ਜਦਕਿ ਪ੍ਰੋਫਿਟ ਮੁਹੰਮਦ ਸਾਹਿਬ ਦਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਉਹ ਬੱਚਿਆਂ ਵਿੱਚ ਵੀ ਘੁਲ ਜਾਂਦੇ ਸੀ, ਰਿਸਪੈਕਟ ਦੀ ਜਿਹੜੀ ਹਿਊਮਿਲਿਟੀ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਸਾਡੇ 'ਚੋਂ ਅੱਜ ਅਲੋਪ ਹੁੰਦਾ ਜਾ ਰਿਹਾ। ਸੋ ਇਸ ਪ੍ਰਤੀ ਇਹ ਚੀਜ਼ਾਂ ਸਾਡੇ 'ਤੇ ਹੁਣ ਪਾਰੂ ਹੋਣੀਆਂ ਬਹੁਤ ਲਾਜ਼ਮੀ ਹੈਗੀਆਂ ਨੇ, ਕਿਉਂਕਿ ਸਮਾਜ ਇਹ ਮੰਗ ਕਰਦਾ, ਕਿਉਂਕਿ ਜਦੋਂ ਅਸੀਂ ਗੱਲਾਂ ਸੁਣਦੇ ਹਾਂ ਤਾਂ ਸਾਰੇ ਧਰਮਾਂ 'ਚ ਇਹੀ ਗੱਲਾਂ ਹੋ ਰਹੀਆਂ ਨੇ, ਪਰ ਉਸਦੇ ਬਾਵਜੂਦ ਜੇ ਤਾਂ ਹੈਗੇ ਨੇ ਇਸਟੈਬਲਿਸ਼ ਟਰੂਥਸ, ਤਾਂ ਇਹ ਕਿਉਂ ਨਹੀਂ ਰਿਫਲੈਕਟ ਹੋ ਰਹੇ ਸਾਡੀ ਕਮਿਊਨਿਟੀਜ਼ ਦੇ, ਸਾਡੀ ਸੁਸਾਇਟੀਜ਼ ਦੇ ਵਿੱਚ? ਉਸ ਮੁਤਲਕ ਕਿਸ ਤਰ੍ਹਾਂ ਤੁਸੀਂ ਸਮਝਦੇ ਹੋ ਕਿ ਕੁਝ ਕਰਨ ਦੀ ਲੋੜ ਹੈਗੀ? ਇਸ ਤਰ੍ਹਾਂ ਇਹਦੀ ਲੋੜ ਹੈ ਜੇ ਕਿ ਕੋਂਸਟੈਂਟਲੀ ਰਿਮਾਈਂਡਰ ਦੀ ਜ਼ਰੂਰਤ ਹੈ। ਕੁਰਾਨ ਕਰੀਮ 'ਚ ਖੁਦਾ ਤਾਲਾ ਫਰਮਾਉਂਦਾ ਹੈ, ਕਹਿੰਦਾ ਹੈ ਕਿ ਫਜ਼ਕਿਰ, ਬਾਰ ਬਾਰ ਯਾਦ ਦਿਹਾਨੀ ਕਰਾਓ, ਬਾਰ ਬਾਰ ਜ਼ਿਕਰ ਕਰੋ ਗੱਲ ਦਾ, ਫਿਰ ਹੋ ਸਕਦਾ ਮੈਂ ਅੱਜ ਨਹੀਂ ਸਮਝ ਸਕਿਆ ਗੱਲ, ਤੁਸੀਂ ਮੈਂ ਕੋਈ ਯਾਦ ਕਰਾਉਂਦਾ ਹੈ, ਤੁਸੀਂ ਸਮਝ ਗਏ ਜੇ ਮੈਂ ਨਹੀਂ ਸਮਝਿਆ, ਅਗਲੀ ਵਾਰੀ ਫਿਰ ਉਹੀ ਗੱਲ ਦੁਹਰਾਈ ਜਾਂਦੀ ਹੈ, ਹੋ ਸਕਦਾ ਉਸ ਦਿਨ ਮੈਂ ਵੀ ਸਮਝ ਜਾਵਾਂ। ਅਤੇ ਇਹਦੇ ਲਈ ਕੋਂਸਟੈਂਟ ਰਿਮਾਈਂਡਰ ਦੀ ਜ਼ਰੂਰਤ ਹੈ। ਅਤੇ ਇਹਦੇ ਨਾਲ ਉਹ ਜਿਹੜੀਆਂ ਕਹਾਣੀਆਂ, ਜਿਹੜੇ ਵਾਕਿਆ, ਜਿਹੜੇ ਇੰਸੀਡੈਂਟਸ ਅਸੀਂ ਪੜ੍ਹਨੇ ਹਾਂ, ਅਸੀਂ ਜਦੋਂ ਦੂਜਿਆਂ ਨੂੰ ਦੱਸਦੇ ਹਾਂ, ਦੱਸਣ ਤੋਂ ਪਹਿਲਾਂ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਇਨਕੋਰਪੋਰੇਟ ਕਰੀਏ, ਸ਼ਾਮਿਲ ਕਰੀਏ। ਜਦੋਂ ਅਸੀਂ ਕਰਾਂਗੇ ਇੰਝ, ਤਾਂ ਆਟੋਮੈਟਿਕਲੀ ਜਿਹੜਾ ਸੁਣਨ ਵਾਲਾ ਹੈ, ਜਿਹੜਾ ਵੇਖਣ ਵਾਲਾ ਹੈ ਕਿ ਇਹ ਬੰਦਾ ਆ ਕੇ ਇਹ ਤਕਰੀਰ ਕਰ ਰਿਹਾ ਹੈ, ਇਹ ਸਪੀਚ ਕਰ ਰਿਹਾ, ਉਹਦੇ 'ਚ ਆਪਣੇ 'ਚ ਇਹ ਕੁਆਲਿਟੀ ਹੈਗੀ ਹੈ, ਜਦੋਂ ਵੇਖੇਗਾ ਕਿ ਹੈਗੀ ਹੈ, ਤਾਂ ਫਿਰ ਵੇਖੇਗਾ ਕਿ ਇਹਦਾ ਫਾਇਦਾ ਕੀ ਉਹਨੂੰ ਹੋ ਰਿਹਾ, ਉਹਦੀ ਇੱਕ ਉਹਦੇ ਮਿਜ਼ਾਜ ਵਿੱਚ ਇੱਕ ਤੁਹਾਨੂੰ ਉਹਦੀ ਇੱਕ ਪਰਸਨੈਲਿਟੀ ਵਿੱਚ ਤੁਹਾਨੂੰ ਖੂਬਸੂਰਤੀ ਨਜ਼ਰ ਆਵੇਗੀ, ਫਿਰ ਉਹ ਤੁਸੀਂ ਕਹੋਗੇ ਇਹ ਜਿਹੜੀਆਂ ਗੱਲਾਂ ਕਰ ਰਿਹਾ, ਇਹ ਖੂਬਸੂਰਤੀ ਮੈਂ ਵੀ ਆਪਣੇ 'ਚ ਲਿਆਉਣਾ ਚਾਹੁੰਦਾ, ਇਹ ਫਿਰ ਹੁੰਦਾ। ਲੇਕਿਨ ਗੱਲ ਇਹ ਵੇ ਕਿ ਪਹਿਲੇ ਅਸੀਂ ਜਿਹੜਾ ਦੂਜਿਆਂ ਨੂੰ ਦੱਸ ਰਹੇ ਹਾਂ ਕਿ ਪ੍ਰੋਫਿਟ ਮੁਹੰਮਦ ਨੇ ਇਹ ਕੀਤਾ ਜਾਂ ਦੂਜੇ ਕਿਸੇ ਪ੍ਰੋਫਿਟ ਨੇ ਇਹ ਕੀਤਾ ਜਾਂ ਸੇਂਟ ਨੇ ਇਹ ਕੀਤਾ, ਅਸੀਂ ਖੁਦ ਪਹਿਲੇ ਅਪਣਾਈਏ, ਫਿਰ ਕਾਪੀ ਕਰੀਏ, ਇਮੀਟੇਟ ਕਰੀਏ, ਫਿਰ ਦੂਜੇ ਖੁਦ ਬ ਖੁਦ ਵੇਖਣਗੇ। ਮੈਂ ਬੁਨਿਆਦੀ ਤੌਰ 'ਤੇ ਅੱਜ ਸਿੰਪਲਿਸਿਟੀ, ਸਾਦਗੀ ਜਿਹੜੀ ਹੈ ਨਾ, ਇਹਦੇ ਉੱਤੇ ਮੈਂ ਥੋੜ੍ਹਾ ਜਿਹਾ ਜ਼ਿਕਰ ਕਰਾਂਗਾ ਕਿ ਪ੍ਰੋਫਿਟ ਮੁਹੰਮਦ ਪੀਸ ਬੀ ਅਪਾਨ ਹਿਮ ਦੀ ਸਿੰਪਲਿਸਿਟੀ ਜਿਹੜੀ ਹੈ ਉਹ ਸਟੈਂਡ ਆਊਟ ਕਰਦੀ ਹੈ, ਨਜ਼ਰ ਆਉਂਦੀ ਹੈ ਬਹੁਤ ਜ਼ਿਆਦਾ। ਅਤੇ ਉਹ ਜਦੋਂ ਵੀ ਅਸੀਂ ਵੇਖਦੇ ਹਾਂ ਲਾਈਫ ਦੇ ਉਹਨਾਂ ਦੇ ਵਿੱਚ, ਅਸੀਂ ਵੇਖਦੇ ਹਾਂ ਕਿ ਬੜੇ ਕੋਈ ਮਤਲਬ ਸ਼ੋਸ਼ਾ ਨਹੀਂ, ਬੜੇ ਨਾ ਸਾਦਗੀ ਨਾਲ ਅਤੇ ਅੱਜ ਹੀ ਨਾਲ ਆਪਣੀ ਜ਼ਿੰਦਗੀ ਗੁਜ਼ਾਰਦੇ ਰਹੇ ਨੇ। ਇਹਦੀ ਮੈਂ ਇੱਕ ਮਿਸਾਲ ਦੇਣਾ ਵਾਂ। ਪ੍ਰੋਫਿਟ ਮੁਹੰਮਦ ਜਿਹੜੇ ਨੇ ਉਹ ਇੱਕ ਵਾਰੀ ਆਪਣੇ ਕਮਰੇ 'ਚ ਆਰਾਮ ਕਰ ਰਹੇ ਸਨ, ਅਤੇ ਉਹਨਾਂ ਦੇ ਇੱਕ ਸਹਾਬੀ, ਇੱਕ ਕੰਪੈਨੀਅਨ, ਇੱਕ ਸਾਥੀ ਉਹ ਆਏ, ਅਤੇ ਉਹ ਜਦੋਂ ਅੰਦਰ ਆਏ ਨੇ ਅਤੇ ਪ੍ਰੋਫਿਟ ਮੁਹੰਮਦ ਪੀਸ ਬੀ ਅਪੋਨ ਹਿਮ ਉਹ ਉੱਠ ਗਏ। ਗਰਮੀਆਂ ਦੇ ਸਾਊਦੀ ਅਰਬ ਜਿਹੜਾ ਹਲੇ ਵੀ ਗਰਮ ਹੈ, ਉਸ ਵੇਲੇ ਵੀ ਅਰਬ ਦੇ ਇਲਾਕੇ ਗਰਮ ਸਨ, ਅਤੇ ਉਹਦੀ ਵਜ੍ਹਾ ਤੋਂ ਇਹ ਗਰਮੀ ਦੇ ਦਿਨ ਸਨ, ਅਤੇ ਜਿਸਮ 'ਤੇ ਕੋਈ ਕੱਪੜੇ ਯਾਨੀ ਉੱਤੇ ਨਹੀਂ ਸ਼ਰਟ ਨਹੀਂ ਪਾਈ ਹੋਈ ਸੀ, ਜਿਵੇਂ ਅਸੀਂ ਵੇਖਦੇ ਹਾਂ ਬਾਜ਼ ਕਲਚਰਾਂ 'ਚ ਗਰਮੀ ਦੀ ਵਜ੍ਹਾ ਤੋਂ ਹੁੰਦਾ, ਅਤੇ ਔਰ ਗੁਰਬਤ ਦੀ ਵਜ੍ਹਾ ਤੋਂ ਵੀ ਹੁੰਦਾ। ਅਤੇ ਉਹ ਜਦੋਂ ਕੰਪੈਨੀਅਨ ਸਾਥੀ ਅੰਦਰ ਆਏ ਨੇ, ਅਤੇ ਉਹਨਾਂ ਨੇ ਵੇਖਿਆ ਹੈ ਕਿ ਪ੍ਰੋਫਿਟ ਮੁਹੰਮਦ ਜ਼ਮੀਨ ਦੇ ਉੱਤੇ ਇੱਕ ਛੋਟੇ ਜਿਹੇ ਮੈਟ ਦੇ ਉੱਤੇ ਲੇਟੇ ਹੋਏ ਨੇ, ਅਤੇ ਉਹ ਹੁਣ ਉੱਠ ਰਹੇ ਨੇ, ਅਤੇ ਉਹ ਜਿਹੜਾ ਮੈਟ ਹੈਗਾ ਉਹਦੇ ਨਿਸ਼ਾਨ ਉਹਨਾਂ ਦੀ ਕਮਰ ਦੇ ਉੱਤੇ ਵੀ ਪੈ ਗਏ ਨੇ। ਅਤੇ ਉਹ ਕਹਿੰਦੇ ਨੇ, ਉਹ ਸਾਹਬੀ ਕਹਿੰਦੇ ਨੇ ਕਿ ਕੰਪੈਨੀਅਨ ਕਹਿੰਦੇ ਨੇ, ਮੇਰੀ ਅੱਖਾਂ 'ਚ ਅਥਰੂ ਆ ਗਏ, ਟੀਅਰਸ ਆ ਗਏ ਵੇਖ ਕੇ ਕਿ ਇਹ ਕੀ ਮਤਲਬ ਕੰਡੀਸ਼ਨ ਹੈ, ਪ੍ਰੋਫਿਟ ਸਾਡਾ ਮਤਲਬ ਇੰਨੇ ਉਹਦੇ ਲੋਕ ਮੰਨਣ ਵਾਲੇ ਨੇ, ਪਰ ਕਿੰਨੀ ਜ਼ਿੰਦਗੀ ਗੁਜ਼ਾਰ ਰਹੇ। ਅਤੇ ਕਹਿੰਦੇ ਕਿ ਮੈਂ ਚਾਹੁੰਦਾ ਵਾਂ ਕਿ ਤੁਸੀਂ, ਪ੍ਰੋਫਿਟ ਮੁਹੰਮਦ ਨੂੰ ਕਹਿੰਦੇ ਨੇ, ਮੈਂ ਚਾਹੁੰਦਾ ਵਾਂ ਕਿ ਤੁਸੀਂ ਵੀ ਉਹ ਜਿਸ ਤਰ੍ਹਾਂ ਬਾਦਸ਼ਾਹ ਅਤੇ ਕਿੰਗਸ ਰਹਿੰਦੇ ਨੇ ਇਹਨਾਂ ਨੇ ਕੰਫਰਟੇਬਲ ਬੈਡ 'ਤੇ, ਤੁਸੀਂ ਵੀ ਉਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰੋ। ਅਤੇ ਪ੍ਰੋਫਿਟ ਮੁਹੰਮਦ ਅੱਗੇ ਜਵਾਬ ਦਿੰਦੇ ਨੇ ਕਿ ਮੈਂ ਤਾਂ ਇਸ ਜ਼ਿੰਦਗੀ, ਇਸ ਦੁਨੀਆ ਦੇ ਵਿੱਚ ਇੱਕ ਮੁਸਾਫਿਰ ਹਾਂ, ਜ਼ਿੰਦਗੀ ਇੱਕ ਮੁਸਾਫਿਰ ਦੀ ਤਰ੍ਹਾਂ ਹੈ, ਤੁਸੀਂ ਚੱਲਦੇ ਜਾਂਦੇ ਜੇ ਅਤੇ ਰਾਹ 'ਚ ਇੱਕ ਦਰਖਤ ਆਉਂਦਾ ਹੈ, ਤੁਸੀਂ ਉਹਦੇ ਥੱਲੇ ਕੁਛ ਮਿੰਟਸ ਲਈ ਜਾਂ ਕੁਛ ਅੱਧੇ ਘੰਟੇ ਲਈ ਨੈਪ ਲੈਣ ਲਈ ਬੈਠ ਜਾਂਦੇ ਹੋ, ਆਰਾਮ ਕਰਦੇ ਹੋ, ਅਤੇ ਤੁਸੀਂ ਇਹ ਨਹੀਂ ਵੇਖਦੇ ਕਿ ਮੈਂ ਇੱਥੇ ਆਪਣਾ ਮੈਟਰੈਸ ਕੱਢ ਕੇ ਪਾਵਾਂ ਅਤੇ ਕੁਝ ਕਰਾਂ, ਤੁਹਾਡੇ ਲਈ ਉਹਦੀ ਵੈਲਿਊ ਕੋਈ ਨਹੀਂ ਹੁੰਦੀ ਕਿ ਮੈਂ ਇੱਥੇ ਕੰਫਰਟ ਬਣਾਵਾਂ। ਅਸਲ ਤੁਹਾਡਾ ਮਕਸਦ ਹੈ ਕਿ ਮੈਂ ਜਿਹੜੀ ਡੈਸਟੀਨੇਸ਼ਨ ਹੈ, ਮੈਂ ਮੁਸਾਫਿਰ ਹਾਂ, ਜਿਹੜੀ ਡੈਸਟੀਨੇਸ਼ਨ ਹੈ ਉਹਨੂੰ ਸਹੀ ਬਣਾਉਣਾ ਹੈ। ਇਹੀ ਉਹ ਕਹਿੰਦੇ ਨੇ ਜ਼ਿੰਦਗੀ ਸਾਡੀ ਹੋਣੀ ਚਾਹੀਦੀ ਹੈ, ਸਾਦਗੀ। ਮਤਲਬ ਅਗਰ ਤੁਸੀਂ ਦਰਖਤ ਦੇ ਥੱਲੇ ਬੈਠ ਗਏ ਜੇ, ਤਾਂ ਤੁਸੀਂ ਇਹ ਨਹੀਂ ਕਹੋਗੇ ਕਿ ਮੈਨੂੰ ਕੋਈ ਸੋਫਾ ਲਿਆ ਕੇ ਦੇਵੇ, ਮੈਨੂੰ ਕੋਈ ਬੈੱਡ ਲਿਆ ਕੇ ਦੇਵੇ, ਮੈਂ ਇਹ ਵੀ ਚਾਹੀਦਾ, ਉਹ ਵੀ ਚਾਹੀਦਾ। ਇੱਕ ਤੁਸੀਂ ਅੰਡਰਸਟੈਂਡ ਕਰਦੇ ਹੋ ਕਿ ਦਿਸ ਇਜ਼ ਟ੍ਰਾਂਜੈਕਸ਼ਨ, ਆਈ ਐਮ ਅ ਟ੍ਰੈਵਲਰ, ਸੋ ਉਹਦੇ ਵਿੱਚ ਇੰਨੀ ਕੰਫਰਟ ਦੇ ਪਿੱਛੇ ਨਹੀਂ ਜਾਂਦੇ। ਇਹੀ ਇਗਜ਼ੈਂਪਲ ਸਾਡੇ ਲਈ ਹੈ
ਕਿ ਇਹ ਜ਼ਿੰਦਗੀ ਜਿਹੜੀ ਅਸੀਂ ਇੱਥੇ ਗੁਜ਼ਾਰਨੇ ਹਾਂ, ਅਸੀਂ ਇਹਨੂੰ ਇੱਕ ਟਰੈਵਲਰ ਦੀ ਤਰ੍ਹਾਂ, ਮੁਸਾਫਿਰ ਦੀ ਤਰ੍ਹਾਂ ਗੁਜ਼ਾਰੀਏ, ਤਾਂ ਕਿ ਜਿਹੜੀ ਬਾਅਦ 'ਚ ਸਾਡੀ ਜ਼ਿੰਦਗੀ ਹੈ, ਅਗਲਾ ਜਹਾਨ ਜਿਹੜਾ ਮੁਸਲਮਾਨ ਬਿਲੀਵ ਕਰਦੇ ਨੇ, ਉਹਦੇ 'ਚ ਸਾਨੂੰ ਕੰਫਰਟ ਅਤੇ ਸਕੂਨ ਅਤੇ ਪੀਸ ਮਿਲੇ, ਇਹ ਇੱਕ ਬੇਸਿਕ ਅੰਡਰਸਟੈਂਡਿੰਗ ਹੈ। ਸੋ ਸਿੰਪਲਿਸਿਟੀ ਦਾ ਜਿਹੜਾ ਤੁਸੀਂ ਜ਼ਿਕਰ ਕਰਦੇ ਹੈਗੇ, ਉਹ ਸਿੰਪਲਿਸਿਟੀ ਦੇ ਵਿੱਚ ਕੋਈ ਅਟੈਚਮੈਂਟਸ ਨਹੀਂ, ਕਿਉਂਕਿ ਅੱਜ ਅਸੀਂ ਅਟੈਚਮੈਂਟਸ ਵਿੱਚ ਫਸ ਜਾਂਦੇ ਹਾਂ, ਵਰਲਡਲੀ ਕੰਫਰਟਸ, ਵਰਲਡਲੀ ਚੀਜ਼ਾਂ ਦੇ ਵਿੱਚ ਹੀ ਸਾਡਾ ਜਿਹੜੀ ਸੋਚ ਉਹ ਅੜ ਕੇ ਰਹਿ ਜਾਂਦੀ ਹੈ, ਜਦਕਿ ਬੇਸਿਕ ਪਰਪਸ ਕੀ ਹੈ ਜ਼ਿੰਦਗੀ ਦਾ, ਉਸ ਤੋਂ ਅਸੀਂ ਕਈ ਵਾਰੀ ਮਹਿਰੂਮ ਰਹਿ ਜਾਂਦੇ ਹਾਂ। ਬਿਲਕੁਲ, ਲੈਣੇ ਛੋਟੀ ਜਿਹੀ ਬ੍ਰੇਕ ਜੀ, ਵਾਪਸ ਆ ਕੇ ਹੋਰ ਜਾਣਕਾਰੀ ਲੈਂਦੇ ਹਾਂ ਕਿ ਪ੍ਰੋਫਿਟ ਮੁਹੰਮਦ ਸਾਹਿਬ ਦੇ ਜੀਵਨ ਵਿੱਚ ਹੋਰ ਕੀ ਕੁਛ ਸਿੱਖਿਆ ਜਾ ਸਕਦਾ ਹੈ ਅਤੇ ਜਿਹਨਾਂ ਚੀਜ਼ਾਂ ਨੂੰ ਇਨਕੋਰਪੋਰੇਟ ਆਪਣੀ ਜ਼ਿੰਦਗੀ 'ਚ ਕੀਤਾ ਜਾ ਸਕਦਾ ਹੈ। My name is Jeevan Bath, and I'd like to tell you why you should purchase your next vehicle from Sukhi Bath Motors. Sukhi Bath has been selling quality pre-owned vehicles for 37 years. All of our vehicles come with a certified inspection report, and history reports are available for all vehicles. All of our sales staff is fully licensed. We promise to give you the best customer service experience. Last but not least, we provide financing for everybody, regardless of your credit situation. Visit SukhiBathMotors.com today. ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਮੇਰੇ ਸਾਥ ਦੇ ਨੇ ਇਮਾਮ ਤਾਰਿਕ ਅਜ਼ੀਮ ਸਾਹਿਬ, ਅਤੇ ਗੱਲਬਾਤ ਚੱਲ ਰਹੀ ਹੈ ਕਿ ਪ੍ਰੋਫਿਟ ਮੁਹੰਮਦ ਸਾਹਿਬ ਦੇ ਜੀਵਨ ਵਿੱਚੋਂ ਕੀ ਕੁਛ ਸਿੱਖਿਆ ਜਾ ਸਕਦਾ ਹੈ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਇਹਨੇ ਬੇਸਿਕ ਐਸਪੈਕਟਸ ਦੀ ਗੱਲ ਕੀਤੀ ਕਿ ਸਿੰਪਲਿਸਿਟੀ, ਓਨੈਸਟੀ, ਦੂਸਰਿਆਂ ਦੀ ਮਦਦ ਕਰਨਾ, ਮੁਸਕਰਾਉਣਾ, ਹਿਊਮਿਲਿਟੀ, ਇਹ ਯੂਨੀਵਰਸਲ ਵਰਚੂਜ਼ ਨੇ, ਹਰ ਇੱਕ ਇਨਸਾਨ ਵਿੱਚੋਂ ਹੋਣੀਆਂ ਚਾਹੀਦੀਆਂ ਨੇ। ਸਾਡੇ ਧਰਮ ਸਾਨੂੰ ਇਹੀ ਸਿਖਾਉਂਦੇ ਨੇ ਕਿ ਚੰਗਾ ਇਨਸਾਨ ਕਿਵੇਂ ਬਣਨਾ ਹੈ। ਹਰ ਇੱਕ ਧਰਮ ਦੇ ਵਿੱਚੋਂ ਕੁਝ ਨਾ ਕੁਝ ਅਸੀਂ ਸਿੱਖ ਸਕਦੇ ਹਾਂ, ਅਤੇ ਜ਼ਰੂਰ ਇਸੀ ਮੰਤਵ ਨਾਲ ਅਸੀਂ ਵੱਖਰੇ ਵੱਖਰੇ ਵਿਦਵਾਨਾਂ ਨੂੰ ਇੱਥੇ ਬੁਲਾ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ। ਅਤੇ ਅੱਜ ਸਾਡਾ ਫੋਕਸ ਹੈ ਕਿ ਪ੍ਰੋਫਿਟ ਮੁਹੰਮਦ ਸਾਹਿਬ ਦੇ ਜੀਵਨ ਵਿੱਚੋਂ ਕੀ ਕੁਛ ਸਿੱਖਿਆ ਜਾ ਸਕਦਾ ਹੈ। ਆਓ ਇਸ ਸੰਬੰਧ ਵਿੱਚ ਹੋਰ ਜਾਣਕਾਰੀ ਲੈਂਦੇ ਹਾਂ ਇਮਾਮ ਤਾਰਿਕ ਅਜ਼ੀਮ ਤੋਂ। ਜੀ ਅਜ਼ੀਮ ਸਾਹਿਬ, ਹੋਰ ਕੀ ਕੁਛ ਤੁਸੀਂ ਦੇਖਦੇ ਹੋ ਜਿਹੜਾ ਕਿ ਪ੍ਰੋਫਿਟ ਮੁਹੰਮਦ ਸਾਹਿਬ ਐਜ਼ ਐਨ ਐਗਜ਼ੈਂਪਲਰੀ ਐਗਜ਼ੈਂਪਲ, ਉਹਨਾਂ ਨੇ ਜੋ ਕੁਝ ਅਮਿਟ ਛਾਪ ਛੱਡੀ ਜਿੱਥੋਂ ਕਿ ਅਸੀਂ ਕੁਛ ਸਿੱਖ ਸਕੀਏ? ਜੀ, ਤੁਸੀਂ ਜਾਣ ਤੋਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਦੁਨੀਆਂ ਦੀ ਸ਼ੈਵਾਂ ਦੇ ਨਾਲ ਬਾਜ਼ ਕਰ ਅਸੀਂ ਅਟੈਚਮੈਂਟ ਬਹੁਤ ਜ਼ਿਆਦਾ ਹੋ ਜਾਂਦੀ ਹੈ, ਅਟੈਚ ਹੋ ਜਾਂਦੇ ਹਾਂ। ਮਾਦੀਅਤ ਪ੍ਰਸਤੀ, ਮਟੀਰੀਅਲਿਜ਼ਮ ਜਿਹਨੂੰ ਕਿਹਾ ਜਾਂਦਾ ਹੈ, ਇਹ ਇੱਕ ਅੰਡਰਸਟੈਂਡ ਕਰਨ ਦੀ ਗੱਲ ਹੈ ਕਿ ਸਾਨੂੰ ਮਟੀਰੀਅਲਿਸਟਿਕ ਚੀਜ਼ਾਂ ਨੂੰ ਅਹਿਮੀਅਤ ਨਹੀਂ ਦੇਣੀ ਚਾਹੀਦੀ। ਬਾਜ਼ ਕਰ ਅਸੀਂ ਜ਼ਰੂਰਤ ਤੋਂ ਜ਼ਿਆਦਾ ਦੇ ਦਿੰਦੇ ਹਾਂ। ਮਤਲਬ ਅਸੀਂ, ਮੈਂ ਸਿੰਪਲਿਸਿਟੀ ਦੀ ਗੱਲ ਚੱਲ ਰਹੀ ਹੈ, ਪ੍ਰੋਫਿਟ ਮੁਹੰਮਦ ਪੀਸ ਵੀ ਪਾਉਂਦੇ ਹੁੰਦੇ ਸੀ, ਜਦੋਂ ਕਲੋਥਿੰਗ ਵੇਖਦੇ ਹਾਂ, ਕੱਪੜੇ ਵੇਖਦੇ ਹਾਂ ਕਿ ਕੀ ਪਾਉਂਦੇ ਸਨ, ਉਹ ਆਉਂਦਾ ਕਿ ਮਤਲਬ ਜਿਹੜੇ ਕੱਪੜੇ ਪਾਉਂਦੇ ਸਨ ਬਾਜ਼ ਕਰ ਕਿਤੋਂ ਫਟ ਵੀ ਜਾਂਦੇ ਸਨ, ਅਤੇ ਉਹਨਾਂ ਨੂੰ ਪੈਚ ਕਰਕੇ ਉਹਨਾਂ ਦੇ ਉੱਤੇ ਕੋਈ ਕੱਪੜਾ ਟਾਕੀ ਲਾ ਕੇ ਠੀਕ ਕਰਕੇ ਫਿਰ ਚੱਲ ਪੈਂਦੇ ਸਨ। ਮਤਲਬ ਸਾਡੀ ਬਾਜ਼ ਕਰ ਅਸੀਂ ਇਹ ਬਰਦਾਸ਼ਤ ਨਹੀਂ ਕਰਦੇ ਕਿ ਹੁਣ ਇਹ ਕੱਪੜਾ ਜ਼ਰਾ ਜ਼ਿਆਦਾ 'ਚ ਫਟ ਗਿਆ ਅਤੇ ਇਹਨੂੰ ਸੀ ਲਈਏ, ਅਸੀਂ ਫੌਰਨ ਸੁੱਟ ਦਿੰਦੇ ਹਾਂ, ਅਤੇ ਜਾਂ ਕਹਿੰਦੇ ਹਾਂ ਕਿ ਚਲੋ ਗਰੀਬਾਂ ਦੇ ਕੰਮ ਆ ਜਾਏਗਾ। ਮਤਲਬ ਇਹ ਸੋਚ ਨਹੀਂ, ਉਹਨਾਂ ਗਰੀਬਾਂ ਦੀ ਮਦਦ ਕਰਨੀ ਹੈ ਤਾਂ ਤੁਸੀਂ ਆਪਣੇ ਜੈਨੂਇਨ ਤਰੀਕੇ ਨਾਲ ਕਰੋ, ਬਜਾਏ ਉਸ ਸ਼ਾਇਦ ਦੇਣੇ ਦੇ ਜਿਹੜੇ ਖੁਦ ਵੀ ਨਹੀਂ ਪਾਉਂਦੇ ਜਾਂ ਆਪਣੇ ਲਈ ਨਹੀਂ ਪਸੰਦ ਕਰਦੇ। ਅਤੇ ਇਹ ਇੱਕ ਹੋਰ ਇਗਜ਼ੈਂਪਲ ਹੈ ਸਾਦਗੀ ਦੀ, ਅਸੀਂ ਬਾਰ ਬਾਰ ਵੇਖਦੇ ਹਾਂ ਕਿ ਉਹ ਕੱਪੜੇ ਦੇ ਟਾਂਕ, ਯੂ ਨੋ, ਟਾਂਕਾ ਲਾ ਲਿਆ, ਟਾਕੀ ਲਾ ਲਈ, ਠੀਕ ਕਰ ਲਿਆ ਅਤੇ ਉਹਦੇ ਬਾਅਦ ਕੰਮ ਚਲਾ ਲਿਆ। ਅਤੇ ਇਹਦੇ ਇਲਾਵਾ ਇੱਕ ਹੋਰ ਬੜੀ ਖੂਬਸੂਰਤ ਮਿਸਾਲ ਮਿਲਦੀ ਹੈ ਉਹਨਾਂ ਦੀ ਸਾਦਗੀ ਦੀ, ਜਦੋਂ ਉਹ ਮੱਕਾ 'ਚ ਐਜ਼ ਅ ਵਿਕਟਰ, ਐਜ਼ ਫਾਤਿਹ ਦਾਖਲ ਹੋਏ ਨੇ, ਅਤੇ ਉਹਨਾਂ ਦੀ ਇੱਕ ਬਹੁਤ ਵੱਡੀ ਫਾਲੋਇੰਗ ਸੀ, ਮਤਲਬ ਕਈ ਕਈ ਹਜ਼ਾਰਾਂ ਦੇ ਵਿੱਚ ਲੋਕ ਮੁਸਲਮਾਨ ਸਨ, ਲੋਕ ਆਪਣੀ ਜਾਨ ਨਿਛਾਵਰ ਕਰਨ ਲਈ, ਆਪਣਾ ਜੋ ਘਰ 'ਚ ਪਿਆ ਉਹ ਪੇਸ਼ ਕਰਨ ਲਈ ਰੈਡੀ ਸਨ। ਇਹ ਪਰ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਜਾਂਦੇ ਨੇ ਅਤੇ ਉੱਥੇ ਜਾ ਕੇ ਕਹਿੰਦੇ ਨੇ ਆਪਣੇ ਰਿਸ਼ਤੇਦਾਰ ਨੂੰ ਕਿ ਫੈਮਿਲੀ ਮੈਂਬਰ ਨੂੰ ਕਿ ਘਰ ਵਿੱਚ ਕੁਝ ਖਾਣ ਨੂੰ ਹੈਗਾ ਹੈ, ਅਤੇ ਉਹ ਅੱਗੋਂ ਫਰਮਾਉਂਦੀ ਨੇ, ਕਹਿੰਦੀ ਨੇ ਇਹਨਾਂ ਦੇ ਰਿਸ਼ਤੇਦਾਰ ਰਿਲੇਟਿਵ ਕਹਿੰਦੀ ਨੇ ਕਿ ਘਰ 'ਚ ਇੱਕ ਵਿਨੇਗਰ ਅਤੇ ਉਹਦੇ ਨਾਲ ਕੁਝ ਖੁਸ਼ਕ ਰੋਟੀਆਂ ਹੀ ਪਈਆਂ ਨੇ, ਅਤੇ ਉਹ ਕਹਿੰਦੇ ਨੇ ਕਿ ਇਹੀ ਲੈ ਆਓ, ਅਤੇ ਉਹ ਕਹਿੰਦੇ ਨੇ ਕਿ ਇਹ ਮੇਰੀ ਵਿਕਟਰੀ ਦੀ, ਯਾਨੀ ਵਿਕਟਰੀ ਦੇ ਬਾਅਦ ਇਹ ਉਹਨਾਂ ਦੀ ਫੀਸਟ ਹੋ ਰਹੀ ਹੈ, ਇਹ ਸਾਦਗੀ ਨਾਲ ਖਾ ਰਹੇ ਨੇ, ਅਤੇ ਕਹਿੰਦੇ ਵਿਨੇਗਰ ਤੋਂ ਬਿਹਤਰ ਵਧੀਆ ਸੂਪ ਕਿਹੜਾ ਹੈ, ਸਾਲਨ ਕਿਹੜਾ ਹੈ ਇਸ ਤੋਂ ਵੱਧ ਕੇ। ਅਤੇ ਇਹ ਸਾਦਗੀ ਦੀ ਮਿਸਾਲ ਹੈ, ਇਹ ਸਭ ਦੇ ਲਈ ਨਮੂਨਾ ਹੈ। ਬਾਜ਼ ਕਰ ਅਸੀਂ ਛੋਟੀਆਂ ਛੋਟੀਆਂ ਸ਼ੈਵਾਂ 'ਤੇ ਕੰਪਲੇਨ ਕਰ ਦਿੰਦੇ ਹਾਂ ਕਿ ਇਹਦੇ 'ਚ ਨਮਕ ਜ਼ਿਆਦਾ ਹੈ, ਇਹਦੇ 'ਚ ਮਿਰਚ ਜ਼ਿਆਦਾ ਹੈ, ਇਹਦੇ 'ਚ ਇਹ ਜ਼ਿਆਦਾ, ਇਹਦੇ 'ਚ ਉਹ ਜ਼ਿਆਦਾ। ਅਸੀਂ ਅਗਰ ਫਲੇਵਰ ਦੀ ਬਜਾਏ ਕਿਸੇ ਦੂਜੀ ਸ਼ਹਿਰ ਦੀ ਬਜਾਏ ਅਸੀਂ ਇਹ ਵੇਖੀਏ ਕਿ ਸਾਨੂੰ ਅੱਲਾਹ ਤਾਲਾ ਨੇ, ਖੁਦਾ ਤਾਲਾ ਨੇ ਰਿਸਕ ਦਿੱਤਾ ਹੈ, ਖਾਣ ਨੂੰ ਕੁਝ ਦਿੱਤਾ ਹੈ, ਸ਼ੁਕਰ ਕਰੀਏ ਅਤੇ ਸਾਦਗੀ ਨਾਲ ਜ਼ਿੰਦਗੀ ਗੁਜ਼ਾਰੀਏ। ਇਹ ਸਭ ਤੋਂ ਵੱਧ ਕੇ ਹੈਗਾ, ਇਹ ਇਗਜ਼ੈਂਪਲ, ਵਨ ਆਫ ਦ ਇਗਜ਼ੈਂਪਲਸ ਹੈਗੀ ਹੈ ਵਿੱਚ ਵੀ ਸੀ ਇਨ ਦਾ ਲਾਈਫ ਆਫ ਪ੍ਰੋਫਿਟ ਮੁਹੰਮਦ, ਅਸੀਂ ਵੇਖਦੇ ਹਾਂ ਬੜਾ ਕਲੀਅਰਲੀ ਉਹਨਾਂ ਦੀ ਲਾਈਫ ਨਜ਼ਰ ਆਉਂਦੀ ਹੈ। ਦੇਖੀਏ, ਦੁਨੀਆ ਭਰ ਵਿੱਚ ਇੰਨੀ ਗੁਰਬਤ ਹੈਗੀ ਹੈ, ਅਸੀਂ ਕਹਿੰਦੇ ਤਾਂ ਹੈਗੇ ਹਾਂ, ਲੇਕਿਨ ਅਗੇਨ ਤੁਸੀਂ ਜਿਹੜੀ ਗੱਲ ਕੀਤੀ ਕਿ ਤੁਹਾਨੂੰ ਆਪ ਇੱਕ ਇਗਜ਼ੈਂਪਲ ਬਣਨਾ ਪਏਗਾ, ਆਫਕੋਰਸ ਜਿਸ ਲੈਵਲ 'ਤੇ ਪ੍ਰੋਫਿਟ ਮੁਹੰਮਦ ਸਾਹਿਬ ਦੀ ਸੋਚ ਸੀ
ਉਹ ਤਾਂ ਸ਼ਾਇਦ ਸਾਡੀ ਨਾ ਪਹੁੰਚ ਸਕੇ, ਲੇਕਿਨ ਡੈਫੀਨੇਟਲੀ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਹੁਣ ਅਸੀਂ ਪਾਰਟੀਜ਼ ਕਰਦੇ ਹਾਂ, ਉਹ ਪਾਰਟੀਜ਼ ਵਿੱਚ ਕਿੰਨਾ ਜ਼ਾਇਆ ਜਾਂਦਾ ਹੈ ਖਾਣਾ। ਇੱਕ ਪਾਸੇ ਅਸੀਂ ਕਹਿੰਦੇ ਹਾਂ ਜੀ ਕਿ ਜਿਸ ਤਰ੍ਹਾਂ ਮਿਡ ਈਸਟ ਦੀ ਅਸੀਂ ਗੱਲ ਕਰੀਏ ਜਾਂ ਅਫਰੀਕਨ ਨੇਸ਼ਨ ਸਭ ਸਹਾਰਨ ਨੇਸ਼ਨਸ ਦੀ ਗੱਲ ਕਰੀਏ, ਈਵਨ ਇਹਨਾਂ ਮੁਲਕਾਂ 'ਚ ਜਿੱਥੇ ਅਸੀਂ ਰਹਿ ਰਹੇ ਹਾਂ, ਇੱਥੇ ਵੀ ਕਈ ਐਸੇ ਬੱਚੇ ਨੇ ਜਿਹੜੇ ਕਿ ਸਕੂਲਾਂ ਜਾਂਦੇ ਨੇ, ਉਹਨਾਂ ਨੂੰ ਦੋ ਵਕਤੀ ਪੂਰੀ ਰੋਟੀ ਨਹੀਂ ਮਿਲ ਰਹੀ ਹੈਗੀ, ਗੁਰਬਤ ਤੋਂ ਪੀੜਤ ਹੈਗੇ ਨੇ। ਸੋ ਜੇਕਰ ਅਸੀਂ ਇਹ ਸੋਚ ਅਡੋਪਟ ਕਰੀਏ ਅਤੇ ਉਹੀ ਖਾਣਾ ਜਿਹੜਾ ਸਹੀ ਯੂਟੀਲਾਈਜ਼ ਕਰੀਏ ਤਾਂ ਕਿੰਨੇ ਹੀ ਢਿੱਡ ਜਿਹੜੇ ਨੇ ਉਹ ਅਸੀਂ ਉਹ ਪੂਰੇ ਯੂ ਨੋ ਖਾ ਸਕਦੇ ਹੈਗੇ ਨੇ, ਅਤੇ ਉਹ ਭੁੱਖੇ ਨਹੀਂ ਰਹਿਣਗੇ। ਸੋ ਇਹ ਇੱਕ ਅਗੇਨ ਬੜੀ ਸੋਹਣੀ ਮਿਸਾਲ ਤੁਸੀਂ ਕਹੀ ਕਿ ਸਿੰਪਲਿਸਿਟੀ ਦੇ ਨਾਲ ਨਾਲ ਤੁਸੀਂ ਜਿਹੜਾ ਹੈਗਾ ਹੈ ਖਾਣੇ ਦੀ ਜਿਹੜੀ ਇੰਪੋਰਟੈਂਸ ਹੈਗੀ ਉਸਨੂੰ ਜ਼ਰੂਰ ਸਮਝੋ ਅਤੇ ਉਸਦੀ ਵੇਸਟੇਜ ਜਿਹੜੀ ਉਹ ਰੋਕੋ। ਹੋਰ ਉਹਨਾਂ ਦੇ ਜੀਵਨ 'ਚੋਂ ਕੀ ਸਿੱਖਿਆ ਜਾ ਸਕਦਾ? ਇਹਦੇ ਇਲਾਵਾ ਬਹੁਤ ਸਾਰੇ ਐਗਜ਼ਾਮਪਲਸ ਨੇ। ਇੱਕ ਹੋਰ ਬੜਾ ਇੱਕ ਜਿਹੜਾ ਮਜ਼ਮੂਨ ਟੌਪਿਕ ਸਟੈਂਡ ਆਊਟ ਕਰਦਾ ਹੈ ਉਹ ਹੈਗਾ ਹੈ ਉਹਨਾਂ ਦੀ ਫੋਰਗਿਵਨੈਸ, ਹਾਓ ਹੀ ਯੂਜ਼ ਟੂ ਬੀ ਫੋਰਗਿਵਿੰਗ ਟੁਵਰਡਸ ਪੀਪਲ, ਕਿਸ ਤਰੀਕੇ ਨਾਲ ਲੋਕਾਂ ਨੂੰ ਮਾਫ਼ ਕੀਤਾ ਕਰਦੇ ਸਨ, ਅਤੇ ਇਹਦੀ ਮਿਸਾਲ ਸ਼ੁਰੂ ਤੋਂ ਲੈ ਕੇ ਅਖੀਰ ਜ਼ਿੰਦਗੀ ਤੱਕ ਉਹਨਾਂ 'ਤੇ ਨਜ਼ਰ ਆਉਂਦੀ ਹੈ। ਇੱਕ ਬੜੀ ਛੋਟੀ ਜਿਹੀ ਮੋਟੀ ਜਿਹੀ ਮਿਸਾਲ ਹੈ, ਅਸੀਂ ਬੱਚਿਆਂ ਨੂੰ ਇਹ ਸਬਕ ਛੋਟੇ ਹੋਣ ਤੋਂ ਹੁੰਦੇ ਤੋਂ ਦਿੰਦੇ ਹਾਂ ਕਿ ਅਸੀਂ ਉਹਨਾਂ ਦੀ ਇਸ ਤਰੀਕੇ ਨਾਲ ਨਕਲ ਕਾਪੀ ਕਰਨੀ ਹੈ, ਅਪਣਾਉਣਾ ਹੈ, ਫੋਲੋ ਕਰਨਾ ਹੈ। ਹਦੀਸ 'ਚ ਆਉਂਦਾ ਹੈ, ਹਦੀਸ ਕਿਤਾਬਾਂ ਦੇ ਵਿੱਚ, ਕਿ ਇੱਕ ਵਾਰੀ ਨਹੀਂ ਕਈ ਵਾਰ ਡੇਲੀ ਬੇਸਿਸ 'ਤੇ ਪ੍ਰੋਫਿਟ ਮੁਹੰਮਦ ਪੀਸ ਬੀ ਅਪੋਨ ਹਿਮ ਆਪਣੇ ਰਾਹ ਜਦੋਂ ਜਾ ਰਹੇ ਹੁੰਦੇ ਸਨ ਅਤੇ ਉਹਨਾਂ ਦੇ ਮਸਜਿਦ ਜਾ ਰਹੇ ਸਨ ਜਾਂ ਬਾਜ਼ਾਰ ਜਾ ਰਹੇ, ਜਿੱਥੇ ਵੀ ਜਾਇਆ ਕਰਦੇ ਸਨ, ਉਹਨਾਂ ਦੇ ਰਾਹ ਦੇ ਵਿੱਚ ਇੱਕ ਓਲਡ ਲੇਡੀ, ਇੱਕ ਬਜ਼ੁਰਗ ਔਰਤ ਦਾ ਘਰ ਪੈਂਦਾ ਸੀ ਜੀ। ਅਤੇ ਉਹ ਜਿਹੜੀ ਔਰਤ ਸੀ ਉਹਨੇ ਬੜੀਆਂ ਊਟ ਪਟਾਂਗ ਜਾਂ ਗਲਤ ਕਿਸਮ ਦੀਆਂ ਗੱਲਾਂ ਉਹਨਾਂ ਦੇ ਮੁਤਾਲਕ ਸੁਣ ਰੱਖੀਆਂ ਸਨ ਪ੍ਰੋਫਿਟ ਮੁਹੰਮਦ ਦੇ ਮੁਤਾਲਕ, ਅਤੇ ਉਸ ਔਰਤ ਦੇ ਵਿੱਚ ਉਹਨਾਂ ਦੇ ਲਈ ਇੱਕ ਨਫ਼ਰਤ ਪੈਦਾ ਹੋ ਗਈ। ਅਤੇ ਉਹਨੇ ਔਰਤ ਨੇ ਕੀ ਕੀਤਾ ਕਿ ਹੁਣ ਉਹ ਰੋਜ਼ਾਨਾ ਆਪਣਾ ਜਿਹੜਾ ਕਚਰਾ ਸੀ, ਗਾਰਬੇਜ ਸੀ, ਉਹ ਉਹਨਾਂ ਦੇ ਅੱਗੇ ਜਾਂ ਉੱਤੇ ਸੁੱਟਣ ਦੀ ਕੋਸ਼ਿਸ਼ ਕਰਦੀ ਜਦੋਂ ਉਹਦਾ ਘਰ ਦੇ ਅੱਗੋਂ ਲੰਘਦੇ। ਓਲਡ ਲੇਡੀ ਸੀ, ਬਜ਼ੁਰਗ ਸੀ, ਅਤੇ ਪ੍ਰੋਫਿਟ ਮੁਹੰਮਦ ਕਦੀ ਮਾਇੰਡ ਨਹੀਂ ਕਰਦੇ ਸਨ, ਉਹ ਜਾਂ ਤਾਂ ਸਾਈਡ 'ਤੇ ਹੋ ਕੇ ਥੋੜ੍ਹਾ ਜਿਹਾ ਇੱਥੇ ਹੋ ਕੇ ਲੰਘ ਗਏ ਕਿ ਠੀਕ ਹੈ ਪਿਆ ਤਾਂ ਪਿਆ ਰਹੇ, ਜਾਂ ਅਗਰ ਹੋ ਵੀ ਗਿਆ ਤਾਂ ਕੁਝ ਉਹਨਾਂ ਨੇ ਇਗਨੋਰ ਕਰ ਦਿੱਤਾ, ਅਗਰ ਕੋਈ ਬਦਬੂ ਜਾਂ ਕੋਈ ਗੰਦ ਉਹਨਾਂ 'ਤੇ ਲੱਗ ਵੀ ਗਿਆ, ਇੱਕ ਬਜ਼ੁਰਗ ਔਰਤ ਹੈ, ਠੀਕ ਹੈ, ਮਾਫ਼ ਕਰਕੇ ਅੱਗੇ ਚਲੇ ਜਾਂਦੇ ਸਨ। ਇਹ ਇੱਕ ਦਿਨ ਨਹੀਂ ਹੈ, ਰੋਜ਼ ਦੀ ਗੱਲ ਸੀ, ਜਦੋਂ ਵੀ ਉਸ ਔਰਤ ਨੂੰ ਮੌਕਾ ਮਿਲਦਾ ਹੁੰਦਾ ਸੀ। ਇੱਕ ਦਿਨ ਵਾਕਿਆ ਆਉਂਦਾ ਕਿ ਇੱਕ ਦਿਨ ਉਸ ਔਰਤ ਨੇ ਕਚਰਾ ਨਹੀਂ ਸੁੱਟਿਆ, ਉਸ ਜਦੋਂ ਪ੍ਰੋਫਿਟ ਮੁਹੰਮਦ ਉਸ ਰਾਹ ਤੋਂ ਲੰਘੇ ਨੇ, ਕਿਉਂਕਿ ਉਹ ਆਪਣੇ ਟਾਈਮ 'ਤੇ ਨਮਾਜ਼ ਦੇ ਟਾਈਮ 'ਤੇ ਜਿਹੜੇ ਲੰਘਦੇ ਸਨ ਅਤੇ ਉਸ ਲੰਘੇ ਅਤੇ ਨਹੀਂ ਸੁੱਟਿਆ ਉਹਨੇ, ਅਤੇ ਇਹਨਾਂ ਨੇ ਉਹਦੇ ਘਰ ਜਾ ਕੇ ਨੌਕ ਕੀਤਾ ਦਰਵਾਜ਼ੇ 'ਤੇ ਜਿਹਦੇ ਸਾਹਮਣੇ ਲੰਘ ਰਹੇ ਸੀ, ਅਤੇ ਪਤਾ ਕੀਤਾ ਕਿ ਕਿਉਂ ਨਹੀਂ ਉਹ ਬਾਹਰ ਆਈ ਲੇਡੀ, ਅਤੇ ਅੰਦਰ ਗਈ ਅਤੇ ਪਤਾ ਚੱਲਿਆ ਕਿ ਔਰਤ ਬਿਮਾਰ ਬੈਠੀ ਹੈ, ਬੈੱਡ 'ਤੇ ਲੇਟੀ ਹੈ ਅਤੇ ਬਿਮਾਰ ਹੈ। ਅਤੇ ਉਹ ਜਦੋਂ ਆਉਂਦਾ ਕਿ ਉਹ ਜਦੋਂ ਅੰਦਰ ਪ੍ਰੋਫਿਟ ਮੁਹੰਮਦ ਗਏ ਨੇ ਅਤੇ ਉਹ ਘਬਰਾ ਗਈ ਕਿ ਸ਼ਾਇਦ ਹੁਣ ਬਦਲਾ ਲੈਣ ਆਏ ਨੇ, ਰਿਵੈਂਜ ਲੈਣ ਆਏ ਨੇ, ਅਤੇ ਇਹਨਾਂ ਨੇ ਜਾ ਕੇ ਪੁੱਛਿਆ ਕਿ ਕੀ ਗੱਲ ਹੈ, ਤੇਰੀ ਤਬੀਅਤ ਠੀਕ ਹੈ? ਅਤੇ ਉਹ ਬੜੀ ਮੁਤਾਸਰ ਹੋਈ, ਉਹ ਇੰਪ੍ਰੈਸਡ ਹੋਈ ਉਹਨਾਂ ਦੇ ਕੈਰੈਕਟਰ ਨਾਲ। ਉਹਨਾਂ ਨੇ ਇਹ ਨਹੀਂ ਕਿਹਾ ਕਿ ਤੂੰ ਬੜੇ ਸਾਲਾਂ ਦਾ ਬੜੇ ਜਾਂ ਬੜੇ ਦਿਨਾਂ ਦਾ ਤੂੰ ਮੇਰੇ 'ਤੇ ਗਾਰਬੇਜ ਸੁੱਟਣੀ ਹੈ ਅਤੇ ਮੈਂ ਉਹਦਾ ਕੁਝ ਬਦਲਾ ਲਵਾਂ। ਇੱਕ ਛੋਟੀ ਜਿਹੀ ਚੀਜ਼ ਹੈ, ਤੁਹਾਨੂੰ ਨਹੀਂ ਤੰਗ ਕਰਦੀ, ਤੁਸੀਂ ਤੰਗ ਕਰਦੀ ਵੀ ਹੈ, ਤੁਸੀਂ ਇਗਨੋਰ ਕਰ ਸਕਦੇ ਹੋ ਤਾਂ ਇਗਨੋਰ ਕਰੋ। ਇਹ ਲੈਸਨ ਹੈ ਸਾਡੇ ਲਈ, ਅਸੀਂ ਬਾਜ਼ਕਾਤ, ਮਤਲਬ ਮੈਂ ਆਪਣਾ ਵੀ ਬਾਜ਼ਕਾ ਫੀਲ ਕਰਨਾ, ਅਤੇ ਇਹ ਲੈਸਨ ਨੇ ਸਾਡੇ ਕਿ ਅਸੀਂ ਇੰਪਰੂਵ ਕਰੀਏ। ਬਾਜ਼ਕਾਤ ਅਸੀਂ ਰੋਡ 'ਤੇ ਜਾ ਰਹੇ ਹੁੰਦੇ ਹਾਂ, ਅਸੀਂ ਕਹਿ ਰਹੇ ਹਾਂ ਜੀ ਅਸੀਂ 50 ਦੀ ਜ਼ੋਨ ਹੈ, ਅਸੀਂ 50 ਤੇ ਜਾ ਰਹੇ ਹਾਂ, ਇੱਕ ਬੰਦਾ ਅੱਗੇ ਮੁੜ ਕੇ ਆ ਗਿਆ, ਅਸੀਂ ਬੜਾ ਜ਼ੋਰ ਦਾ ਹੌਂਕਿੰਗ ਔਨ ਹੌਰਨ ਦੇਵਾਂਗੇ ਕਿ ਤੂੰ ਕਿੱਥੇ ਆ ਰਹੇ ਹਾਂ। ਇਹ ਸਬਰ ਦੀ ਕਮੀ ਹੈ, ਇਹ ਮਾਫ਼ੀ ਦੀ ਕਮੀ ਹੈ। ਅਗਲਾ ਬੰਦਾ ਪਤਾ ਨਹੀਂ ਕੋਈ ਬਜ਼ੁਰਗ ਹੈ, ਕੀ ਹੈ, ਕੀ ਮੁਸ਼ਕਿਲ ਹੈ, ਅਤੇ ਇਹ ਲੈਸਨ ਨੇ ਸਾਡੇ ਲਈ ਕਿ ਆਪਣੀ ਜ਼ਿੰਦਗੀ 'ਚ ਉਹਨਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ। ਐਬਸੋਲੂਟਲੀ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜੀਆਂ ਅਸੀਂ ਗੱਲਾਂ ਸੁਣਦੇ ਹਾਂ ਇਹ ਸਿਰਫ ਸੁਣਨ ਤੱਕ ਹੀ ਸੀਮਤ ਨਾ ਰਹਿਣ, ਮਹਦੂਦ ਨਾ ਰਹਿ ਜਾਣ। ਇਹਨਾਂ ਨੂੰ ਸਾਨੂੰ ਕਿਵੇਂ ਇਨਕੋਰਪੋਰੇਟ ਕਰਨਾ ਆਪਣੇ ਜੀਵਨ ਵਿੱਚ, ਇਹ ਬਹੁਤ ਇੰਪੋਰਟੈਂਸ, ਕਿਉਂਕਿ ਇਹ ਰੋਲ ਮਾਡਲ ਜਿਹਨਾਂ ਨੂੰ ਅਸੀਂ ਮੰਨੇ ਹਾਂ, ਇਹਨਾਂ ਦੇ ਵੱਲੋਂ ਕੀਤੇ ਗਏ ਕੰਮ ਜਿਹੜੇ ਨੇ ਸਾਡੇ ਵਾਸਤੇ ਮਾਰਗਦਰਸ਼ਕ ਬਣ ਸਕਦੇ ਨੇ। ਜਿਸ ਤਰ੍ਹਾਂ ਬੜੀ ਸੋਹਣੀ ਤੁਸੀਂ ਗੱਲ ਕੀਤੀ ਫੋਰਗਿਵਨੈਸ ਦੀ, ਅਸੀਂ ਤਾਂ ਇੱਕ ਚੀਜ਼ ਨੂੰ ਫੜ ਕੇ ਬਹਿ ਜਾਂਦੇ ਹਾਂ ਅਤੇ ਸਾਰੀ ਉਮਰ ਹੀ ਕੱਢਦੇ ਨੇ, ਕਈ ਵਾਰੀ ਗੱਲ ਵੀ ਨਹੀਂ ਕਰਦੇ, ਕਿਉਂਕਿ ਕਈ ਵਾਰੀ ਉਹ ਭਾਵੇਂ ਕੁਝ ਵੀ ਨਾ ਹੋਵੇ ਇਸ 'ਚ, ਲੇਕਿਨ ਸਾਡੀ ਹੋਮੇ ਜਿਹੜੀ ਹੈਗੀ ਹੈ ਉਹ ਇੰਨੀ ਅੜ ਜਾਂਦੀ ਹੈ ਵਿੱਚ ਕਿ ਅਸੀਂ ਬਾਕੀ ਸਭ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ। ਬਿਲਕੁਲ ਸਹੀ ਗੱਲ। ਫਾਈਨਲੀ, ਹੋਰ ਕੀ ਕੁਝ ਤੁਸੀਂ ਸਮਝਦੇ ਹੋ, ਜਿਸ ਤਰ੍ਹਾਂ ਜਿਹੜੇ ਐਗਜ਼ਾਮਪਲਸ ਦਿੱਤੇ ਨੇ, ਉਹਨਾਂ ਦੇ ਕੋਈ ਹੋਰ ਐਗਜ਼ਾਮਪਲਸ ਹੋਣ ਤਾਂ ਸਾਡੇ ਦਰਸ਼ਕਾਂ ਨਾਲ ਜ਼ਰੂਰ ਸ਼ੇਅਰ ਕਰੋ ਜੀ। ਬਿਲਕੁਲ, ਮੈਂ ਤੁਸੀਂ ਜਿਹੜੀ ਬੜੀ ਪਿਆਰੀ ਗੱਲ ਕੀਤੀ ਕਿ ਅਸੀਂ ਛੋਟੀ ਜਿਹੀ ਗੱਲ ਨੂੰ ਫੜ ਕੇ ਬਹਿ ਜਾਂਦੇ ਹਾਂ, ਪ੍ਰੋਫਿਟ ਮੁਹੰਮਦ ਪੀਸ ਬੀ ਅਪੋਨ ਹਿਮ ਨੇ ਇਹਦੇ ਬੜੀ ਰੈਲੇਵੈਂਟ ਇਹਦੇ ਮੁਤਾਲਿਕ ਇੱਕ ਗੱਲ ਦੱਸੀ ਸਾਨੂੰ। ਉਹ ਫਰਮਾਉਂਦੇ ਨੇ ਕਿ ਸਾਰੇ ਮੁਸਲਮਾਨ, ਸਾਰੇ ਜਿਹੜੇ ਹਿਊਮੈਨਿਟੀ, ਸਾਰੀ ਇਨਸਾਨੀਅਤ ਜਿਹੜੀ ਹੈ ਉਹ ਭੈਣ ਭਰਾ ਨੇ ਆਪਸ ਵਿੱਚ, ਅਤੇ ਫਰਮਾਉਂਦੇ ਨੇ ਕਿ ਇੱਕ ਭਰਾ ਦੂਜੇ ਭਰਾ ਤੋਂ ਅਗਰ 3 ਦਿਨ ਤੋਂ ਜ਼ਿਆਦਾ ਨਾਰਾਜ਼ ਰਹੇ ਤਾਂ ਇਹ ਇਸਲਾਮੀ ਤਲੀਮ ਦੇ ਖਿਲਾਫ ਚਲਾ ਜਾਂਦਾ ਹੈ। ਯਾਨੀ ਅਗਰ ਛੋਟੀ ਮੋਟੀ ਹੋ ਜਾਂਦੀ ਹੈ ਗੱਲਬਾਤ ਭੈਣ ਭਾਈਆਂ ਵਿੱਚ ਵੀ ਹੋ ਜਾਂਦੀ ਹੈ, ਸਗੇ ਭੈਣ ਭਾਈਆਂ ਦੇ ਵਿੱਚ, ਲੇਕਿਨ ਅਗਰ ਉਹ ਨਾਰਾਜ਼ਗੀ 3 ਦਿਨ ਤੋਂ ਅੱਗੇ ਚਲੀ ਜਾਂਦੀ ਹੈ ਤਾਂ ਇਹ ਜਾਇਜ਼ ਨਹੀਂ ਹੈਗਾ।
ਦੂਰ ਕਰਨਾ ਚਾਹੀਦਾ। ਇਹ ਟੀਚਿੰਗ ਹੈ ਸਾਡੀ, ਸਾਡੇ ਪ੍ਰੋਫਿਟ ਦੀ, ਮਤਲਬ ਇਸ ਤਰੀਕੇ ਦੇ ਨਾਲ ਸਾਨੂੰ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ। ਪਰ ਅਸੀਂ ਵੇਖਦੇ ਹਾਂ ਕਿ ਉਹਦੇ ਬਾਵਜੂਦ ਅਸੀਂ ਬਾਜ਼ਕਤ ਭੁੱਲ ਜਾਂਦੇ ਹਾਂ, ਅਤੇ ਸਾਡੀ ਜਿਹੜੀ ਈਗੋ ਹੈ, ਅਨਾ ਜਿਹੜੀ ਹੈ, ਉਹ ਵਿਚਕਾਰ ਆ ਜਾਂਦੀ ਹੈ, ਸਾਨੂੰ ਰੋਕ ਦਿੰਦੀ ਹੈ ਕਈ ਕਈ ਚੰਗੇ ਕੰਮਾਂ ਤੋਂ। ਫੋਰਗਿਵਨੈਸ ਦੀ ਗੱਲ ਚੱਲ ਰਹੀ ਹੈ ਅਤੇ ਉਹਦੇ ਇੱਕ ਹੋਰ ਵਾਕਿਆ, ਇੱਕ ਇੰਸੀਡੈਂਟ ਆਉਂਦਾ ਹੈ। ਜਦੋਂ ਇਸਲਾਮ ਦਾ ਆਗਾਜ਼ ਹੋਇਆ, ਇਹਦੀ ਸਟਾਰਟਿੰਗ ਫਾਊਂਡੇਸ਼ਨ, ਇਹਦੇ ਬਿਲਕੁਲ ਬਿਗਿਨਿੰਗ ਈਅਰਸ, ਅਤੇ ਮੁਸਲਮਾਨ ਮੱਕਾ ਦੇ ਵਿੱਚ ਰਹਿੰਦੇ ਸਨ। ਮੱਕਾ ਇੱਕ ਸ਼ਹਿਰ ਹੈ ਅਰਬ ਦੇ ਵਿੱਚ, ਅਤੇ ਉੱਥੋਂ 13 ਸਾਲ ਤੱਕ ਪ੍ਰੋਫਿਟ ਮੁਹੰਮਦ ਅਤੇ ਦੂਜੇ ਮੁਸਲਮਾਨ ਉੱਥੇ ਰਹਿੰਦੇ ਰਹੇ ਨੇ, ਅਤੇ ਬੜੀ ਪਰਸੀਕਿਊਸ਼ਨ, ਬੜਾ ਤੰਗ ਕਰਦੇ ਸਨ ਲੋਕ। ਜਿਵੇਂ ਇੱਕ ਇਗਜ਼ਾਮਪਲ ਪਿਛਲੀ ਗੁਜ਼ਰੀ ਹੈ, ਹਰ ਕੋਈ ਆਪਣੇ ਆਪਣੇ ਤਰੀਕੇ ਦੇ ਨਾਲ, ਜੋ ਕੋਈ ਵੱਡਾ ਸੀ ਉਹ ਜਿਹਦਾ ਹੋਲਡ ਜ਼ਿਆਦਾ ਸੀ, ਕੰਟਰੋਲ ਜ਼ਿਆਦਾ ਸੀ, ਉਹ ਆਪਣੇ ਤਰੀਕੇ ਨਾਲ ਕਰਦਾ ਸੀ। ਜਿਹੜੇ ਛੋਟੇ ਗਰੀਬ ਲੋਕ ਸਨ, ਉਹ ਗਾਲਾਂ ਦੇ ਕੇ ਜਾਂ ਉਂਝ ਬੁਰੀਆਂ ਗੱਲਾਂ ਕਹਿ ਕੇ ਤੰਗ ਕਰਦੇ ਸਨ, ਅਤੇ ਉਹਦੇ ਬਾਅਦ ਫਿਰ ਪ੍ਰੋਫਿਟ ਮੁਹੰਮਦ ਜਿਹੜੇ ਨੇ ਉਹ ਮਾਈਗ੍ਰੇਟ ਕਰਕੇ ਮਦੀਨਾ ਚਲੇ ਗਏ, ਅਤੇ ਉਹਨਾਂ ਦੇ ਨਾਲ ਦੂਜੇ ਮੁਸਲਮਾਨ। ਅਤੇ ਉਹਨਾਂ ਦੀ ਜਿਹੜੀ ਇੱਕ ਬੇਟੀ ਸਨ ਪ੍ਰੋਫਿਟ ਮੁਹੰਮਦ ਦੀ, ਉਹ ਹਲੇ ਮੱਕਾ ਦੇ ਵਿੱਚ ਹੀ ਸਨ, ਕਿਉਂਕਿ ਉਹ ਮੈਰਿਡ ਸਨ ਅਤੇ ਉਹ ਹਲੇ ਉੱਥੇ ਹੀ ਰਹਿ ਰਹੇ ਸੀ, ਅਤੇ ਉਹ ਮੁਸਲਮਾਨ ਸਨ ਲੇਕਿਨ ਹਲੇ ਜਾ ਨਹੀਂ ਸਕੇ ਸੀ। ਅਤੇ ਬਾਅਦ 'ਚ ਜਦੋਂ ਉਹਨਾਂ ਦੇ ਲਈ ਹਾਲਾਤ ਪੈਦਾ ਹੋਏ ਨੇ ਕਿ ਉਹ ਮਾਈਗ੍ਰੇਟ ਕਰਕੇ ਆਪਣੇ ਬਾਕੀ ਮੁਸਲਮਾਨਾਂ ਦੇ ਕੋਲ, ਆਪਣੇ ਫਾਦਰ ਦੇ ਕੋਲ ਚਲੇ ਜਾਣ, ਅਤੇ ਉਹਨਾਂ ਨੇ ਜਦੋਂ ਉੱਥੇ ਮਾਈਗ੍ਰੇਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਉੱਥੇ ਇੱਕ ਬੰਦੇ ਨੇ ਸਪੀਅਰ, ਨੇਜ਼ਾ ਮਾਰ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਕਤਲ ਕਰ ਦਿੱਤਾ। ਅਤੇ ਉਹ ਬੰਦਾ ਜਿਹੜਾ ਹੈ, ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਤੁਹਾਡੇ ਬੇਟੀ ਨੂੰ ਕੋਈ ਇਸ ਦਾ ਜ਼ੁਲਮ ਕਰੇ। ਅਤੇ ਸਟੋਰੀ 'ਚ ਸਾਨੂੰ ਪਤਾ ਲੱਗਦਾ ਕਿ ਉਹ ਉਸ ਵਕਤ ਐਕਸਪੈਕਟ ਕਰ ਰਹੇ ਸਨ, ਪ੍ਰੈਗਨੈਂਟ ਸਨ, ਅਤੇ ਸਿਰਫ ਉਹਨਾਂ ਦਾ ਨਹੀਂ ਬਲਕਿ ਉਹਨੇ ਹੋਣ ਵਾਲੇ ਬੱਚੇ ਦਾ ਵੀ ਕਤਲ ਹੋਇਆ। ਅਤੇ ਤੁਸੀਂ ਉਸ ਦਰਦ ਨੂੰ, ਉਸ ਪੇਨ ਨੂੰ ਇਮੈਜਿਨ ਕਰਨਾ ਵੀ ਮੁਸ਼ਕਿਲ ਹੈ, ਲੇਕਿਨ ਅਸੀਂ ਆਪਣੇ 'ਤੇ ਅਗਰ ਲਾਗੂ ਕਰੀਏ, ਸੋਚੀਏ, ਤਾਂ ਅਸੀਂ ਸੋਚ ਨਹੀਂ ਸਕਦੇ ਕਿ ਅਸੀਂ ਇਸ ਤਰ੍ਹਾਂ ਦੇ ਬੰਦੇ ਨਾਲ ਕੀ ਸਲੂਕ ਕਰਾਂਗੇ। ਬਾਅਦ 'ਚ ਜਦੋਂ ਪ੍ਰੋਫਿਟ ਮੁਹੰਮਦ, ਮੈਂ ਜਦੋਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਉਹ ਐਜ਼ ਅ ਵਿਕਟਰ ਮੱਕਾ ਦੇ ਵਿੱਚ ਦਾਖਲ ਹੋਏ ਨੇ, ਅਤੇ ਉਹ ਸੇਮ ਪਰਸਨ ਨੇ ਜਦੋਂ ਮਾਫ਼ੀ ਮੰਗੀ ਹੈ, ਉਹਨੂੰ ਮਾਫ਼ ਕਰ ਦਿੱਤਾ ਹੈ। ਉਹਨਾਂ ਨੇ ਕੋਈ ਉਹਦੀ ਪਕੜ ਨਹੀਂ ਕੀਤੀ, ਕੋਈ ਕੁਝ ਨਹੀਂ ਕੀਤਾ। ਜਦੋਂ ਮਾਫ਼ੀ ਮੰਗੀ ਹੈ, ਜਦੋਂ ਉਹ ਸ਼ਰਮਿੰਦਾ ਹੈ, ਤਾਂ ਉਹਨੂੰ ਮਾਫ਼ ਕਰ ਦਿੱਤਾ, ਅਤੇ ਉਹਨਾਂ ਨੇ ਉਹ ਪਰਸਨਲ ਈਗੋ ਦਾ ਮਸਲਾ ਨਹੀਂ ਬਣਾਇਆ। ਉਹਨਾਂ ਨੇ ਕਿਹਾ ਠੀਕ ਹੈ, ਜੋ ਵੀ ਕੀਤਾ ਸੋ ਕੀਤਾ, ਮੇਰੇ ਖਿਲਾਫ਼ ਕੀਤਾ ਤਾਂ ਮੈਂ ਉਹਨੂੰ ਮਾਫ਼ ਕਰ ਦੇਣਾ। ਮਤਲਬ ਅਗਰ ਤੁਹਾਡੇ ਕੋਈ ਖਿਲਾਫ਼ ਕਰੇ ਤਾਂ ਅਸੀਂ ਉਹਨੂੰ ਮਾਫ਼ ਕਰ ਸਕਦੇ ਹਾਂ। ਪਰ ਗੱਲ ਉਹੀ ਆ ਗਈ ਅਜ਼ੀਮ ਸਾਹਿਬ ਕਿ ਹਾਈ ਮੋਰੈਲਿਟੀ ਸੀ, ਅਤੇ ਉਸਨੂੰ ਉਹ ਇਹ ਨਹੀਂ ਸਿਰਫ ਗੱਲਾਂ ਤੱਕ ਸੀਮਤ ਰੱਖਦੇ ਸੀ, ਉਹ ਆਪਣੇ ਵਿਹਾਰ 'ਚ ਵੀ ਉਹ ਡਿਪੈਕਟ ਕਰਦੇ ਸੀ। ਪਰ ਅਫਸੋਸ ਕਿ ਅੱਜ ਜਿਸ ਤਰੀਕੇ ਨਾਲ ਇਸਲਾਮ ਦੇ ਨਾਂ ਦੇ ਉੱਤੇ ਕਤਲੋ ਗਾਰਤ ਕੀਤੀ ਜਾ ਰਹੀ ਹੈਗੀ, ਇਹ ਬੜੀ ਹੈਰਾਨੀ ਦੀ ਅਤੇ ਪਰੇਸ਼ਾਨੀ ਦੀ ਗੱਲ ਹੈ ਕਿ ਜਿਹੜੇ ਤਾਂ ਫਾਊਂਡਰ ਹੁੰਦੇ ਨੇ ਕਿਸੇ ਧਰਮ ਦੇ, ਉਹ ਉਹਨਾਂ ਦੀ ਸੋਚ ਕੀ ਹੁੰਦੀ ਹੈ, ਲੇਕਿਨ ਕਈ ਲੋਕ ਆਪਣੇ ਮੁਫਾਦ ਲਈ ਉਹ ਸਾਰੀਆਂ ਚੀਜ਼ਾਂ ਦਾ ਹੀ ਕੋਨਸੈਪਟ ਹੀ ਚੇਂਜ ਕਰ ਦਿੰਦੇ ਨੇ। ਸਹੀ, ਬਹਰਹਾਲ ਤੁਹਾਡਾ ਬਹੁਤ ਧੰਨਵਾਦ ਪ੍ਰੋਫਿਟ ਮੁਹੰਮਦ ਦੀ ਜ਼ਿੰਦਗੀ ਵਿੱਚੋਂ ਉਹਨਾਂ ਦੇ ਕੁਝ ਜੀਵਨ ਦੇ ਐਸਪੈਕਟ ਸਾਡੇ ਨਾਲ ਸ਼ੇਅਰ ਕਰਨ ਲਈ ਧੰਨਵਾਦ ਤੁਹਾਡਾ। ਥੈਂਕ ਯੂ ਫੋਰ ਯਰ ਟਾਈਮ। ਥੈਂਕ ਯੂ ਸੋ ਮਚ। ਸੋ ਇਸ ਦੇ ਨਾਲ ਹੀ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਤੁਹਾਡੇ ਕੋਈ ਵਿਚਾਰ ਹੋਣ, ਕੋਈ ਹੋਰ ਤੁਸੀਂ ਕੋਈ ਸਵਾਲ ਦਾ ਜਵਾਬ ਲੈਣਾ ਚਾਹੋ, ਉਸ ਮੁਤਲਕ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ ਜੀ ਅਸੀਂ ਆਪਣੇ ਸਪੋਂਸਰਸ ਅਤੇ ਐਡਵਰਟਾਈਜ਼ਰਸ ਦੇ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਹਰ ਰੋਜ਼ ਤੁਹਾਡੇ ਘਰਾਂ ਵਿੱਚ ਪਿਛਲੇ 7 ਸਾਲਾਂ ਤੋਂ ਆ ਕੇ ਸਪਿਰਚੁਐਲਿਟੀ ਅਤੇ ਵੱਖਰੇ ਵੱਖਰੇ ਧਰਮਾਂ ਦੇ ਸ਼ਖਸੀਅਤਾਂ ਨੂੰ ਇੱਥੇ ਬੁਲਾ ਕੇ ਅਸੀਂ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਹਾਂ। ਉਸ ਤੋਂ ਇਲਾਵਾ ਪੋਲੀਟਿਕਸ, ਇਕਨੋਮਿਕਸ, ਸਪੋਰਟਸ, ਲਾਈਫ ਸਟਾਈਲ, ਹੈਲਥ ਇਸ਼ੂਜ਼ 'ਤੇ ਵੀ ਫੋਕਸ ਕੀਤਾ ਜਾਂਦਾ ਹੈ। ਸੋ ਇਸ ਪ੍ਰੋਗਰਾਮ ਨੂੰ ਅੱਗੇ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਥਰੂ ਸਪੋਂਸਰਸ਼ਿਪ ਜਾਂ ਐਡਵਰਟਾਈਜ਼ਮੈਂਟ। ਕਿਸੇ ਤਰੀਕੇ ਨਾਲ ਵੀ ਜੇ ਸਪੋਰਟ ਕਰ ਸਕੋ ਤਾਂ ਜ਼ਰੂਰ ਸੰਪਰਕ ਕਰਨਾ। ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ। ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।